ਇਹਨਾਂ ਨਾਲ ਗੱਲਬਾਤ ਹੋਈ ਆ। ਹੁਣ ਇਹਨਾਂ ਦੋਨਾਂ ਦਾ ਮਸਲਾ ਸੁਣ ਕੇ, ਇਹਨਾਂ ਦੋਨਾਂ ਦੀ ਜਿਹੜੀ ਗੱਲਬਾਤ ਸੁਣ ਕੇ ਮੈਨੂੰ ਇਹ ਲੱਗਦਾ ਕਿ ਤੈਨੂੰ ਤਾਂ ਬੇਟਾ ਠੀਕ ਪਈਆਂ, ਤੇਰੀਆਂ ਬਣਦੀਆਂ ਵੀ ਸੀਗੀਆਂ। ਤੇਰਾ ਆਪਣਾ ਮੂੰਹ ਚੇਲੇ ਰੱਖਾ, ਤੂੰ ਉਸਤਾਦ ਕਿੱਦਾਂ ਬਣ ਗਿਆ ਮੈਨੂੰ ਇਹ ਨਹੀਂ ਸਮਝ ਆਈ। ਤੇ 1500 ਦੇ ਜਿਹੜੇ ਕੇਲੇ ਖਾ ਗਏ ਉਹ ਕੌਣ ਖਾ ਗਏ? ਚੇਲੇ ਮੇਰੇ। ਇਹ ਤਾਂ ਪਹਿਲੇ ਗੱਲ ਹੀ ਨਹੀਂ ਕੀਤੀ ਤੂੰ ਕੇਲਿਆਂ ਦੀ। 1500 ਉਹ ਵੀ ਦਵਾਓ ਜੀ, ਹਜੇ ਤੁਸੀਂ ਗੱਲ ਪੂਰੀ ਸੁਣੀ ਨਹੀਂ ਮੇਰੀ। ਅੱਛਾ ਪੂਰੀ ਸੁਣਾ ਦੇਖੀ, ਕੱਖ ਨਹੀਂ ਨਿਕਲਣਾ ਉਹ ਚੋਂ। ਬਸ ਨਾਲ 1500 ਐਡ ਕਰ ਲਓ, ਬਸ ਇਹੀ ਆ। ਨਾਲ 1500 ਐਡ ਕਰ ਲਈ? ਹਾਂਜੀ ਪੁੱਤਰ, ਤੇਰਾ 1500 ਘਟਾਉਂਦੇ ਘਟਾਉਂਦੇ ਤੈਨੂੰ ਪਤਾ ਤੇਰਾ 5000 ਲੱਗ ਜਾਣਾ ਉੱਤੇ। ਉਹ ਕਾਹਦੇ ਲਈ? ਇਹ ਬੰਦੇ ਨਹੀਂ ਦੇਖਦੇ ਪਏ ਤੈਨੂੰ ਕਿੰਨੇ? ਇਹ ਤਾਂ ਜੀ ਕੁੜੀ ਆ, ਤਾਂ ਬੰਦੇ ਦੇਖਦੇ ਪਏ ਨਹੀਂ, ਪਿੱਛੇ ਨਹੀਂ ਦੇਖਦਾ ਪਿਆ ਤੈਨੂੰ? ਉਹ ਜੀ ਅੱਧਾ ਬਾਉਣਾ ਬੰਦਾ। ਤਾਂ ਠੀਕ ਆ, 2500 ਦੇ ਦੀ ਫਿਰ ਤੂੰ, ਕੋਈ ਇਸ਼ੂ ਨਹੀਂ ਐਸਾ। ਖਲੋ ਜਾ ਇੱਕ ਮਿੰਟ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਜੀ? ਮੈਂ ਬੋਲਦਾ ਜੀ, ਸ਼ਮਸ਼ੇਰ ਸਿੰਘ ਬੋਲਦਾ ਜੀ। ਸਰ ਬੋਲੋ ਜੀ, ਤੁਹਾਡੀ ਆਵਾਜ਼ ਵੀ ਸ਼ਮਸ਼ੇਰ ਸਿੰਘ ਵਾਲੀ ਲੱਗ ਰਹੀ, ਬੜੀ ਗਜਵੀ ਆਵਾਜ਼ ਹੈ ਤੁਹਾਡੀ। ਸ਼ਮਸ਼ੇਰ ਜੀ ਕੀ ਹਾਲ ਚਾਲ? ਬਸ ਠੀਕ ਠਾਕ ਜੀ। ਜਿਹੜਾ ਸਾਈਡ ਤੇ ਖੜਾ ਨਾ ਤੁਹਾਡਾ, ਪਿੱਛੇ ਟੋਪੀ ਲੈ ਕੇ ਬੰਦਾ, ਹਾਂਜੀ, ਇਹ ਤੁਹਾਡਾ ਥਾਣੇਦਾਰੀ ਦਾ ਸਬੂਤ ਦਿਓ, ਇਹਦੇ ਦੋ ਛੱਡੋ ਪਹਿਲਾਂ ਤਾਂ। ਅੱਛਾ, ਦੋ ਛੱਡ ਦਈਏ? ਹਾਂਜੀ, ਦੋ ਛੱਡ ਦਈਏ ਇਹਦੇ ਤੇ। ਦੋ ਛੱਡਣ ਤੋਂ ਬਾਅਦ ਕੀ ਕਰੀਏ? ਦੋ ਉਹਦੇ ਕੋਲ ਖਾ ਲਈਏ? ਉਹ ਤੇ ਤਾਈਕਾਂਡੋ ਜਾਣਦਾ। ਨਹੀਂ ਨਹੀਂ ਨਹੀਂ, ਦੋ ਛੱਡੋ ਨਾ, ਆਪਣਾ ਆਪਣੇ ਥਾਣੇਦਾਰੀ ਦਾ ਸਬੂਤ ਦਿਓ ਨਾ ਤੁਸੀਂ। ਉਹ ਸਬੂਤ ਤਾਂ ਮੈਂ ਤਾਂ ਦਵਾਂ, ਗੱਲ ਸੁਣ ਲਵਾਂ, ਉਹਦਾ ਕੋਈ ਕਸੂਰ ਵੀ ਹੋਵੇ ਕਿ ਮੈਂ ਉਹਨੂੰ ਵਿਚਾਰ ਨੂੰ, ਗਰੀਬ ਨੂੰ ਐਵੇਂ ਕੁੱਟ ਦਵਾਂ? ਅੱਗੇ ਮੂੰਹ ਉਹਦਾ ਚਪੇੜ ਵਰਗਾ, ਹੋਰ ਮਾਰ ਕੇ ਉਹਦਾ ਮੈਂ ਕਸੂਰ ਵਰਗਾ ਕਰ ਦਵਾਂ? ਉਹਦਾ ਸਮਝ ਹੀ ਨਹੀਂ ਆਉਂਦਾ ਕੁਛ ਪਿਆ, ਉਹਦਾ ਕੁਛ ਨਹੀਂ ਸਮਝ ਆਉਣ ਡਿਆ, ਉਹਦਾ ਸਮਝ ਹੀ ਨਹੀਂ ਕੁਛ ਆ ਰਿਹਾ। ਮੈਂ ਤਾਂ ਕਹਿੰਦਾ ਇਹਦੇ ਤਿੰਨ ਪਈਆਂ ਤੇ ਇਹਨੇ ਦੇਖਿਓ ਸਿੱਧੀ ਪੰਜਾਬੀ 'ਚ ਨਿਕਲ ਆਉਣਾ। ਹਾਂ ਹਾਂ ਹਾਂ, ਫਿਰ ਮਜ਼ਾ ਆਉਣਾ ਨਾ ਫਿਰ। ਅੱਛਾ, ਬਾਕੀ ਜਿਹੜੇ ਭਾਜੀ ਅੰਦਰ ਬੰਦ ਕੀਤੇ ਆ ਤੁਸੀਂ, ਮੇਨ ਕਰੈਕਟਰ ਤਾਂ ਉਹੀ ਆ ਜੀ ਤੁਹਾਡਾ, ਵੈਸੇ ਹੀ ਪੁੱਛੋ ਦਾ। ਵਾਹ ਜੀ ਵਾਹ, ਇਹ ਭਾਜੀ ਹੈ ਕੀ ਭਾਜੀ? ਮਤਲਬ ਇਹਨਾਂ ਨੇ ਕਿ ਤੁਹਾਨੂੰ ਤਬਲਾ ਸਿਖਾਇਆ? ਜਿਹੜੇ ਅੰਦਰ ਬੈਠੇ, ਅੰਦਰ ਬੰਦ ਕੀਤੇ ਹੋਏ? ਹਾਂਜੀ ਹਾਂਜੀ, ਮੈਂ ਉਹਨਾਂ ਦੀ ਗੱਲ ਕੀਤਾ। ਇਹ ਤੁਹਾਨੂੰ ਭਾਜੀ ਕਿੱਥੋਂ ਲੱਗਾ? ਭਾ ਛੋਟੇ ਭਾਜੀ ਹੈ ਨਾ ਇਹ। ਵਾਹ ਜੀ ਵਾਹ, ਕਿਲੋ ਭਾਜੀ ਜਿੰਨਾ ਵਜ਼ਨ ਆ ਉਹਦਾ, ਤਾਂ ਤੁਸੀਂ ਕਹਿਤਾ ਭਾਜੀ ਉਹਨੂੰ। ਤੇ ਅੱਜ ਕੋਲੇ ਖੜੇ ਜਿਹੜੇ ਤੁਹਾਡੇ ਸਾਈਡ ਤੇ, ਮੇਰੇ ਕੋ ਮੋਰੇਗਾ ਮੋਰੇਗਾ ਵੀ ਥੋੜੀ ਦੇਰ ਮੇ ਮੇਰੇ ਕੋ ਮੋਰੇਗਾ ਮੋਰੇਗਾ। ਚਲ ਇੱਕ ਮਿੰਟ ਖਲੋ ਜਾ। ਹਾਂਜੀ ਹਾਂਜੀ, ਬੋਲੋ ਜੀ, ਕੌਣ ਸਾਈਡ ਤੇ ਖਲੋਤੇ? ਹੈਲੋ, ਅੱਜ ਨਵੇਂ ਕਰੈਕਟਰ ਚਾਹੇ ਭਾਜੀ, ਇਹ ਬਹੁਤ ਇਹਨਾਂ ਦਾ ਕਰੈਕਟਰ ਬਹੁਤ ਵਧੀਆ ਹੁੰਦਾ ਰੋਜ਼ ਰੋਜ਼। ਚਲੋ ਸ਼ੁਕਰੀਆ, ਨਵੇਂ ਕਰੈਕਟਰ ਚਾਹੁੰਦੇ ਜੀ। ਸ਼ੁਕਰੀਆ ਜੀ, ਧੰਨਵਾਦ ਧੰਨਵਾਦ। ਇਹ ਜਿਹੜੇ ਭਲਵਾਨ ਸਾਹਿਬ ਆਏ? ਹਾਂਜੀ ਭਲਵਾਨ ਸਾਹਿਬ, ਹਾਂਜੀ ਭਲਵਾਨ ਸਾਹਿਬ ਜੀ, ਹਾਂਜੀ ਵਾਹ ਜੀ ਵਾਹ, ਜਦੋਂ ਪਤਾ ਲੱਗਾ ਮੈਨੂੰ ਵੀ ਦੱਸਿਓ ਕਿੱਥੇ, ਮੈਨੂੰ ਵੀ ਨੀ ਪਤਾ ਸਾਈਡ ਤੇ ਕੀ ਕਿੱਥੇ ਪੈਂਦਾ ਮਣੀਪੁਰ ਜੀ? ਨੇਪਾਲ ਜੀ ਬੋਸ, ਨੇਪਾਲ ਕੇ ਬਾਦ ਓਕੇ ਨੇਲ ਪੋਲਿਸ਼। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਜੀ? ਮੈਂ ਗੱਲ ਬੋਲ ਰਿਹਾ ਜੀ, ਕੈਲੀਫੋਰਨੀਆ ਚ ਟੀ ਐਸ ਗਿੱਲ। ਗਿੱਲ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਅੱਛਾ ਜੀ, ਬਹੁਤ ਅੱਛਾ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਵਧਾਈਆਂ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਜੀ, ਧੰਨਵਾਦ ਜੀ, ਮਿਹਰਬਾਨੀ ਜੀ ਤੁਹਾਡਾ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਹੁਤ ਵਧੀਆ ਆ ਰਿਹਾ ਜੀ, ਬੜਾ ਹਸਾਉਣ ਵਾਲਾ ਆ ਰਿਹਾ, ਬੜੀ ਐਂਟਰਟੇਨਮੈਂਟ ਹੋ ਰਹੀ ਆ। ਸ਼ੁਕਰੀਆ ਜੀ, ਸ਼ੁਕਰੀਆ, ਬਸ ਇਹ ਤੁਹਾਡਾ ਆਸ਼ੀਰਵਾਦ ਹੈ ਜੀ। ਕਾਫੀ ਦੇਰ ਤੋਂ ਦੇਖ ਰਹੇ ਆ, ਜਿਹੜਾ ਨਵਾਂ ਸਟਾਫ ਵੀ ਰਲਿਆ ਤੁਹਾਡੇ ਨਾਲ, ਇਹ ਵੀ ਬਹੁਤ ਹੀ ਵਧੀਆ, ਮਤਲਬ ਇਹਨਾਂ ਦਾ ਪ੍ਰੋਗਰਾਮ ਲੱਗ ਰਿਹਾ ਵੇ। ਹਾਂ ਵਾਹ ਵਾਹ ਵਾਹ, ਬਹੁਤ ਹੀ ਸ਼ਕਲ ਬਹੁਤ ਹੀ ਚੰਗੀ ਨਹੀਂ ਪਰ ਕੰਮ ਵਧੀਆ ਕਰ ਰਿਹਾ ਮੁੰਡਾ। ਦੇਣਾ ਬਣਦਾ ਸੀ ਹੁਣ ਅੰਦਰ ਇਹਨੂੰ, ਕਰਤੂਤਾਂ ਇਹੋ ਜਿਹੀਆਂ ਕੀਤੀਆਂ। ਕੱਲ ਮੇਰੀ ਸਰਕਾਰੀ ਜਿਪਸੀ ਦੇ ਵਿੱਚੋਂ ਟੇਪ ਰਿਕਾਰਡਰ ਕੱਢ ਲਿਆ ਇਹਨੇ, ਦੱਸੋ। ਉਹ ਤਾਂ ਚੱਲ ਰਹੀ ਹੈ ਜੀ। ਹਾਂ ਹਾਂਜੀ ਹਾਂਜੀ ਹਾਂਜੀ, ਬਿਹਤਰ ਜਗ੍ਹਾ ਮਿਲਣੀ।
ਫਿਰ ਤੇ ਤੁਹਾਨੂੰ ਪਤਾ ਇੱਕ ਦਿਨ ਦੀ ਤੇ ਸਜ਼ਾ ਬਣਦੀ ਹੈ ਅੰਦਰ ਹੀ ਠੀਕ ਰਹਿੰਦਾ ਥੋੜਾ ਜਿਹਾ ਉੱਤੋਂ ਗੱਡੀ 'ਚ ਰਹਿ ਵੀ ਇਕੱਲਾ ਟੇਪ ਰਿਕਾਰਡਰ ਹੀ ਗਿਆ ਸੀ ਠੀਕ ਹੈ ਤੁਹਾਡੀ ਬਹੁਤ ਅੱਛੀ ਉਹਨੂੰ ਪਾਣੀ ਪੂਣੀ ਦੇ ਦਿਆ ਕਰੋ ਅੰਦਰ ਪਾਣੀ ਦੇ ਦਿਆ ਕਰੋ ਕਿ ਇਹਨੇ ਕੀ ਮੱਛੀ ਖਾਧੀ ਹੈ ਕਿ ਜੇ ਮੱਛੀ ਛੱਡੀ ਅੰਦਰ ਝੋਨਾ ਲਾਇਆ ਇਹਨੂੰ ਮੈਂ ਪਾਣੀ ਦੇ ਦਿਆਂ ਗਰੀਬ ਜੱਟ ਦੀ ਪੈ ਰਹੀ ਹੈ ਜਿਹਨੂੰ ਪਾਣੀ ਦੀ ਬੜੀ ਲੋੜ ਹੈ ਇਸ ਟਾਈਮ ਭੰਗੜੇ ਅੱਛਾ ਮੈਨੂੰ ਇੱਕ ਗੱਲ ਦੱਸ ਤੂੰ ਪੰਜਾਬ ਚ ਕਿੰਨੀ ਚਿਰ ਹੋ ਗਿਆ ਤੈਨੂੰ ਆਏ ਮੇਰੇ ਕੋ 6 ਮੰਥ ਹੋਆ 6 ਮੰਥ ਚਲੋ ਠੀਕ ਆ ਮਤਲਬ ਤੇ ਕੁਛ ਮਨ ਤੇ ਨਹੀਂ ਖਰਾਬ ਹੁੰਦਾ ਨਹੀਂ ਅੱਛਾ ਤੇ ਮੈਨੂੰ ਇਹ ਦੱਸ ਕਿ ਪੰਜਾਬੀ ਮਿਊਜ਼ਿਕ ਤੈਨੂੰ ਕਿੱਦਾਂ ਦਾ ਲੱਗਦਾ ਬਹੁਤ ਅੱਛਾ ਲੱਗਦਾ ਅੱਛਾ ਪੰਜਾਬੀ ਜੇ ਮੈਂ ਪੰਜਾਬੀ ਵਿੱਚ ਗਾਣਾ ਗਾਤਾ ਪਿਓਰ ਪੰਜਾਬੀ ਵਿੱਚ ਗਾਤਾ ਪਿਓਰ ਪੰਜਾਬੀ ਚ ਗਾਉਂਦਾ ਕੀ ਕੋ ਗਾਣਾ ਸੁਣਾ ਪੰਜਾਬੀ ਚ ਪੰਜਾਬੀ ਵਿੱਚ ਹਾਂ ਪੰਜਾਬੀ ਦਾ ਕੋ ਗਾਣਾ ਸੁਣਾ ਵਧੀਆ ਵੈਰੀ ਨਾਈਸ ਇਹ ਕੀ ਤੇਰੀਆਂ ਘੜੀਆਂ ਚੱਲਣ ਨਹੀਂ ਆ ਹਮ ਰਿਆਜ਼ ਕਰਤਾ ਹੈਂ ਰਿਆਜ਼ ਕਰਤਾ ਲੈ ਵੀ ਤੇਰਾ ਮੂੰਹ ਇਦਾਂ ਹੋ ਜਾਂਦਾ ਕੱਪੜੇ ਟੰਗਣ ਵਾਲੀ ਚੂੰਡੀ ਨਹੀਂ ਹੁੰਦੀ ਉਹਨੂੰ ਇੰਜ ਕਰੋ ਤੇ ਤੇਰੇ ਵਰਗਾ ਬਣ ਜਾਂਦਾ ਦਬਾਓ ਤੇ ਉਦੋਂ ਵੀ ਤੇਰੇ ਵਰਗਾ ਬਣ ਜਾਂਦਾ ਉਹ ਸਲੋ ਮੋਸ਼ਨ ਨਹੀਂ ਕਰੇ ਜਾ ਹੁਣ ਕਿਉਂ ਟਾਈਮ ਗਵਾਏ ਇਹ ਪੰਜਾਬੀ ਗਾਣਾ ਇਸ ਵਿੱਚ ਆ ਗਿਆ ਹੈਗਾ ਮੈਂ ਤੇਰਾ ਜੇਬਾ ਪਾੜ ਦੇਣਾ ਸਹੀ ਦੱਸ ਪੰਜਾਬੀ ਗਾਣਾ ਨਹੀਂ ਪਾੜਦਾ ਜੀ ਬਾਲੀਵੁੱਡ ਨਹੀਂ ਗਾਣਾ ਸੁਣ ਲਓ ਜੀ ਗਾਣਾ ਪੁੱਤਰ ਬਿਨ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ ਇੱਜ਼ਤ ਐਵੇਂ ਘੱਟ ਜਾਂਦੀ ਹੈ ਐਵੇਂ ਰੋਜ਼ ਨਹੀਂ ਆ ਕੇ ਡੇਰੇ ਲਾ ਲਈਦੀ ਹੈ ਇੱਜ਼ਤ ਹੋਣੀ ਹਟ ਜਾਂਦੀ ਹੈ ਤੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਆ ਗਈ ਸਤਿੰਦਰ ਸਰਤਾਜ ਲਓ ਜੀ ਇਹ ਕਿੱਦਾਂ ਤੈਨੂੰ ਪਤਾ ਸਤਿੰਦਰ ਸਰਤਾਜ ਆਪਨੇ ਉਹ ਵੀ ਗਾਣਾ ਸੁਣਾਇਆ ਤੁਹਾਨੂੰ ਕੋਈ ਉਹਨਾਂ ਦਾ ਗਾਣਾ ਆਉਂਦਾ ਸਤਿੰਦਰ ਸਰਤਾਜ ਦਾ ਉਹ ਦੋ ਚਾ ਸੁਣਾਓ ਤਲੇ ਸੂਰਜਾ ਤਜਣ ਦੀ ਅਡੋਰ ਵੇ ਤੇਰੇ ਪਿੰਡ ਵੱਲੋਂ ਦੁਨੇ ਮੋਰ ਵੇ ਇਹ ਅੰਦਰੋਂ ਹੁਣ ਮੋਗੇ ਵਾਲਾ ਬੰਦਾ ਕਿੱਦਾਂ ਨਿਕਲਾ ਹੈ ਉਹ ਜੇ ਮੈਂ ਪੰਜਾਬੀ ਗਾਤਾ ਤੋ ਐਸੀ ਗਾਤਾ ਅੱਛਾ ਪੰਜਾਬੀ ਗਾਣੇ ਤੂੰ ਸਿੱਧੇ ਸਿੱਧੇ ਗਾਣਾ ਹੈ ਉਹ ਤੈਨੂੰ ਵੀ ਆਉਂਦਾ ਕੋਈ ਗਾਣਾ ਹਾਂਜੀ ਹਾਂਜੀ ਓਏ ਐਦਾਂ ਦਾ ਕਰਕੇ ਅਕੜਾ ਕੋ ਦਿੱਤੀ ਆ ਤੂੰ ਤੇਰੇ ਨਾਲ ਵਾਦਾ ਅਕੜ ਪੁੱਤਰ ਤੇਰੀ ਪਰਨੀ ਚ ਹੈ ਹਾਂ ਇਹਨੂੰ ਐ ਮੇਰੇ ਹੱਥ ਨੂੰ ਜਿੰਦੇ ਇੱਕ ਜ਼ਿੰਦਗੀ ਚ ਗੱਲ ਯਾਦ ਰੱਖੀ ਜੈਸੀ ਪਰਨੀ ਵੈਸੀ ਕਰਨੀ ਤੇ ਜੈਸੀ ਕਰਨੀ ਵੈਸੀ ਪਰਨੀ ਤੇ ਚੁੱਪ ਕਰਕੇ ਹੁਣ ਪੈ ਜਾ ਚਰਨੀ ਚਰਨੀ ਨਹੀਂ ਮੈਂ ਪੈਂਦਾ ਚਰਨੀ ਮੇਰੇ ਚਾਚੇ ਦੇ ਮੁੰਡੇ ਦਾ ਨਾਂ ਤੇ ਚਰਨੀ ਨੇ ਪੈ ਜਾਣਾ ਕਿਸੇ ਦਿਨ ਤੈਨੂੰ ਮੈਨੂੰ ਲੱਗਦਾ ਫਿਰ ਖਲੋ ਜਾ ਇੱਕ ਮਿੰਟ ਹੈਲੋ ਹੈਲੋ ਹਾਂਜੀ ਪਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਉਹ ਬੱਲੇ ਬੱਲੇ ਸਾਬੀ ਸਾਹਿਬ ਕਿੱਦਾਂ ਜੀ ਵਧੀਆ ਵਧੀਆ ਤੁਸੀਂ ਸੁਣਾਓ ਮੈਂ ਕਿਹਾ ਜਿਹੜਾ ਮਨੀਪੁਰ ਤੋਂ ਆਇਆ ਆਪਣਾ ਫੁੰਸੁਕ ਭਾਂਗੜੇ ਹੈਲੋ ਹਾਂਜੀ ਹਾਂਜੀ ਫੁੰਸੁਕ ਭਾਂਗੜੇ ਆਏ ਭਾਂਗੜੇ ਤੁਹਾਨੂੰ ਪੰਪ ਤੇ ਗਿਆ ਤੇ ਉਹਨਾਂ ਦੇ ਹੱਥ ਚ ਪੈਪ ਜੀ ਦੇਖ ਨਾ ਪੰਪ ਪੈਟਰੋਲ ਵਾਲੀ ਜੁੱਤੀਆਂ ਲਾ ਕਹਿੰਦਾ ਮੇਰੇ ਵੀ ਪੈਰ ਤੋਂ ਆਏ ਹੋ ਉਸ ਤੋਂ ਬਾਅਦ ਧੋਏ ਹੋਣੇ ਨੇ ਬਸ ਗਾਂ ਜਾ ਕੇ ਬੀੜੀ ਲਾਈ ਹੈ ਤੇ ਬਸ ਉਸ ਤੋਂ ਬਾਅਦ ਇੰਨਾ ਇੰਨਾ ਸੜਿਆ ਹੋਇਆ ਹੈ ਠੀਕ ਹੈ ਸਹੀ ਹੈ ਪਾਣੀ ਸਾਹਿਬ ਬਹੁਤ ਵਧੀਆ ਲੱਗਿਆ ਗੱਲ ਕਰਕੇ ਤੇ ਉਹ ਟਾਈਮ ਵੀ ਪੂਰਾ ਹੋ ਗਿਆ ਆਪਣਾ ਸ਼ੋਅ ਦਾ ਨਾ ਹਾਂਜੀ 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 ਬਸ ਆਲਮੋਸਟ ਹੋਣ ਹੀ ਵਾਲਾ ਹੋਰ ਸੁਣਾ ਤੁਸੀਂ ਠੀਕ ਹੋ ਸੁਣਾ ਦੋ ਲਾਸਟ ਵੇ ਕੋਈ ਵੀ ਸੋਨੀ ਸਾਹਿਬ ਕੋ ਗਾਣੇ ਸੁਣਨੇ ਆ ਸਾਡੇ ਜਿਹੜੇ ਆਏ ਆ ਭਲਵਾਨ ਸਾਹਿਬ ਇਹਨਾਂ ਕੋ ਸੁਣਿਆ ਆ ਦੇਖੋ ਪਰਨੀ ਕਿੱਦਾਂ ਕੜਾ ਦਿੱਤੀ ਇਹਨਾਂ ਨੇ ਮੂਹਰੇ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਸਾਬੀ ਸਾਹਿਬ ਥੈਂਕ ਯੂ ਠੀਕ ਹੈ ਜੀ ਓਕੇ ਹਾਂ ਚਲ ਵੀ ਤੇਰੀ ਵਾਰੀ ਹੈ ਸੁਣਾ ਕੁਛ ਖਾਵਾ ਮੈਂ ਕਸਮ ਉਹ ਗੰਦ ਬੰਦ ਖਾ ਜਾ ਕੇ ਕਸਮ ਖਲਾ ਪਿਆ ਖਾਣ ਅੱਛਾ ਚੱਲ ਕਸਮ ਖਾ ਲਾ ਸੁਣਾ ਖਾਵਾ ਮੈਂ ਕਸਮ ਤੇਰੀ ਸੋਹਣਿਆ ਤੇਰੇ ਬਿਨਾਂ ਜੀਣ ਬਾਰੇ ਸੋਚਿਆ ਨਹੀਂ ਇਹ ਸੋਹਣਾ ਗਾਉਂਦਾ ਬਹੁਤ ਅੱਛਾ ਗਾਉਂਦਾ ਹੈ ਤੇ ਤੂੰ ਕਿਉਂ ਨਹੀਂ ਗਾਉਂਦਾ ਫਿਰ ਉਹ ਰੱਬ ਜਾਣਦਾ ਵੱਖ ਹੋਣ ਦਾ ਉਹ ਰੱਬ ਜਾਣਦਾ ਵੱਖ ਹੋਣ ਦਾ ਖੁਆਬ ਵੀ ਮੈਂ ਖੁਆਬ
ਵਿੱਚ ਵੇਖਿਆ ਨਹੀਂ ਖਾਵਾਂ ਮੈਂ ਕਸਮ ਤੇਰੀ ਸੋਹਣਿਆ ਤੇਰੇ ਬਿਨਾਂ ਜੀਣ ਬਾਰੇ ਸੋਚਿਆ ਨਹੀਂ ਇੱਧਰ ਆਵੇ ਹੁਣ ਸੱਚੋ ਸੱਚ ਦੱਸੀ ਤੂੰ ਝੂਠ ਬੋਲਿਆ ਨਾ ਤੂੰ ਭਲਵਾਨ ਨਹੀਂ ਜੀ ਝੂਠ ਨਹੀਂ ਬੋਲਿਆ ਮੈਂ ਭਲਵਾਨ ਤੂੰ ਟ੍ਰੇਨਾਂ 'ਚ ਮੰਗਦਾ ਨਾ ਨਹੀਂ ਜੀ ਤੇਰੀ ਆਵਾਜ਼ ਤੋਂ ਮੈਨੂੰ ਸਾਫ਼ ਪਤਾ ਲੱਗਾ ਉਂਗਾ ਹੁਣ ਥੋੜ੍ਹਾ ਜਿਹਾ ਦੁਬਾਰਾ ਹੋ ਰੱਬ ਜਾਣਦਾ ਏਦਾਂ ਨਹੀਂ ਆਹ ਛੱਡ ਦੇ ਇੰਜ ਕਰ ਥੋੜ੍ਹਾ ਜਿਹਾ ਐ ਲੈ ਬਾਬੂ ਤੇਈ ਦੇ ਆ ਉਹੀ ਗਾ ਰੱਬ ਜਾਣ ਹੋ ਰੱਬ ਜਾਣਦਾ ਏ ਵਾਕ ਫੜ ਲੈ ਮੈਂ ਇਹ ਅਫਸਰ ਦੀ ਨਜ਼ਰ ਤੋਂ ਨਹੀਂ ਕੋਈ ਬਚ ਸਕਦਾ ਇਹਨਾਂ ਦੋਨਾਂ ਦੇ ਮੈਂ ਕਰਨਾ ਇਲਾਜ